ਹਾਂਜੀ ਸਟੂਡੈਂਟਸ, ਤੁਹਾਡਾ ਸਵਾਗਤ ਹੈ। ਲੈ ਕੇ ਹਾਜ਼ਰ ਹੋਏ ਹਾਂ ਜੀ ਇੱਕ ਨਵੀਂ ਖਬਰ, ਨਵੀਂ ਅਪਡੇਟ ਹੈ ਜਿਹੜੀ ਉਹ ਐਜੂਕੇਸ਼ਨਲ ਰਿਲੇਟਡ ਸਾਹਮਣੇ ਆਈ ਹੈ। ETT 635 ਦੀ ਭਰਤੀ ਦੇ ਉੱਪਰ ਇੱਕ ਹਾਈ ਕੋਰਟ ਦੇ ਵੱਲੋਂ ਫੈਸਲਾ ਜਿਹੜਾ ਦਿੱਤਾ ਗਿਆ ਅਤੇ ਉਸਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਵੀ ਸਾਹਮਣੇ ਆਇਆ। ਸੋ ਇਸ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਇਸ ਤੋਂ ਪਹਿਲਾਂ ਤੁਹਾਡੇ ਲਈ ਇੱਕ ਜਾਣਕਾਰੀ ਹੈ ਕਿ ਆਪਣੀ ਐਜੂਕੇਸ਼ਨਲ ਜੋ ਐਪ ਹੈ ਉਹ ਐਡੂ ਮਿੱਤਰ ਕਲਾਸਿਸ ਦੇ ਨਾਮ 'ਤੇ ਬਣ ਕੇ ਤਿਆਰ ਹੋਈ ਹੈਗੀ। ਐਡੂ ਔਰ ਉਸ ਤੋਂ ਬਾਅਦ ਆਪਣਾ ਹੈ ਜੀ MITTAR ਐਡੂ ਮਿੱਤਰ ਕਲਾਸਿਸ, ਠੀਕ ਹੈ। ਐਡੂ ਮਿੱਤਰ ਕਲਾਸਿਸ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਵੈਬਸਾਈਟ ਦਾ ਲਿੰਕ ਆ, ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ। ਆਈਫੋਨ ਯੂਜ਼ ਕਰਨ ਵਾਲੇ ਨੀਚੇ ਡਿਸਕ੍ਰਿਪਸ਼ਨ 'ਚ ਆਪਣਾ ਵਟਸਐਪ ਨੰਬਰ ਦਿੱਤਾ ਹੋਇਆ 94-171-88-650, 94-171-88-650। ਉੱਥੋਂ ਵੀ ਤੁਸੀਂ ਆਪਣਾ ਵਟਸਐਪ 'ਤੇ ਲਿੰਕ ਲੈ ਕੇ ਸਾਡੇ ਤੋਂ ਡਾਊਨਲੋਡ ਕਰ ਸਕਦੇ ਹੋ, ਕਿਉਂਕਿ ਉਹਦਾ ਪ੍ਰੋਸੈਸ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਹੈ। ਉਸ ਨੂੰ ਆਪਾਂ ਤੁਹਾਨੂੰ ਵਟਸਐਪ 'ਤੇ ਗਾਈਡ ਕਰ ਦਾਂਗੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਇਹ ਹਾਈ ਕੋਰਟ ਦਾ ਫੈਸਲਾ ਹੈ ਇਹ ਚੰਗਾ ਹੈ, ਮਾੜਾ ਹੈ ETT ਵਾਲਿਆਂ ਵਾਸਤੇ ਅਤੇ ਕੀ ਸਿਸਟਮ ਹੈ। ਹਾਂਜੀ ਸਟੂਡੈਂਟਸ, ਇਹ ਜੋ ਪੱਤਰ ਹੈ ਜੀ ਇਹ ਰਿਲੀਜ਼ ਹੋਇਆ ਹੈਗਾ ਕੇਸ ਨੰਬਰ CWP 14-037-2024 ਦਾ ਕੇਸ ਹੈ ਜਿਹੜਾ ਕਿ ਜਤਿੰਦਰ ਸਿੰਘ ਦਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਹੈ, ਬਾਕੀ ਇਹਨਾਂ ਦੇ ਨਾਲ ਹੋਰ ਵੀ ਨੇ। ਸੋ ਇੱਥੇ ਜਿਹੜੇ ਹੈ ਇਹਨਾਂ ਨੇ ਰਿਪਲਾਈ ਕੀਤਾ ਇਸ ਦਾ ਕਿ ਇਸ ਕੇਸ ਦੇ ਉੱਪਰ ਜਿਹੜਾ ਮੇਨਲੀ ਇਹਦੇ ਵਿੱਚ ਇਹ ਕੇਸ ਲਗਾਇਆ ਗਿਆ ਸੀਗਾ ਜਿਹੜੇ ਡੀਲਿਟ ਵਾਲੇ ਹੈ 635 ਦੇ ਵਿੱਚ ਜੁਆਇਨਿੰਗ ਕਰ ਗਏ ਉਹਨਾਂ ਨੂੰ ਬਾਹਰ ਕੱਢਣ ਲਈ ਅਤੇ ਬਾਕੀ ਜਿਹੜੇ ETT ਵਾਲੇ ਹੈ ਉਹਨਾਂ ਨੂੰ ਹੋਰ ਇਸ ਦੇ ਵਿੱਚ ਮਰਜ ਕਰਨ ਦੇ ਲਈ। ਸੋ ਇਹ ਕੇਸ ਲਾਇਆ ਗਿਆ ਸੀਗਾ। ਇਸ ਦੇ ਉੱਪਰ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗਿਆ ਸੀ ਅਤੇ ਹਾਈ ਕੋਰਟ ਦੇ ਵਿੱਚ ਪੰਜਾਬ ਦੇ AG ਐਡਵੋਕੇਟ ਜਰਨਲ ਹੈ ਜੋ ਉਹਨਾਂ ਨੇ ਇਹ ਤਕਰੀਰ ਦੇ ਦਿੱਤੀ ਹੈ ਕਿ ਜੋ ਫੈਸਲਾ ਹੈ ਉਹ ਫੈਸਲਾ ਆਉਣ ਤੋਂ ਪਹਿਲਾਂ ਹੀ ਜਿਹੜੇ ਹੈ ਇਹ ਕੇਸ ਲੱਗਣ ਤੋਂ ਪਹਿਲਾਂ ਹੀ ਜਿਹੜੇ ਕੈਂਡੀਡੇਟ ਹੈ ਡੀਲਿਟ ਵਾਲੇ ਉਹ ਜੁਆਇਨਿੰਗ ਕਰ ਚੁੱਕੇ ਅਤੇ ਆਪਣਾ ਜਿਹੜਾ ਹੈ 90 ਦਿਨ ਦਾ ਪੀਰੀਅਡ ਹੈ ਉਹ ਪੂਰਾ ਕਰ ਚੁੱਕੇ ਆ। ਸੋ ਇਸ ਨੂੰ ਅਸੀਂ ਹੁਣ ਬਾਹਰ ਨਹੀਂ ਕੱਢ ਸਕਦੇ, ਇਹ ਨਿਯਮਾਂ ਦੇ ਖਿਲਾਫ਼ ਹੈ। ਸੋ ਇਹ ਗੱਲ ਕਹੀ ਗਈ ਹੈ, ਮਤਲਬ ਕਿ ਗੁੱਡ ਨਿਊਜ਼ ਹੈ ਡੀਲਿਟ ਵਾਲਿਆਂ ਵਾਸਤੇ ਕਿ ਉਹਨਾਂ ਨੂੰ ਹੁਣ ਬਾਹਰ ਨਹੀਂ ਕੱਢਿਆ ਜਾਵੇਗਾ, ਪਰ ਉੱਥੇ ETT ਵਾਲਿਆਂ ਵਾਸਤੇ ਮਾੜੀ ਖ਼ਬਰ ਹੈ ਜਿਨ੍ਹਾਂ ਨੂੰ ਇਹ ਆਸ ਸੀਗੀ ਕਿ ਸਾਨੂੰ ਉਹਨਾਂ ਦੀ ਥਾਂ 'ਤੇ ਰੱਖ ਲਿਆ ਜਾਏਗਾ, ਮੈਰਿਟ ਨੀਚੇ ਆ ਜਾਏਗੀ, ਇਸ ਤਰ੍ਹਾਂ ਦਾ ਹੁਣ ਕੁਛ ਵੀ ਹੋਣ ਵਾਲਾ ਨਹੀਂ ਹੈ। ਅਤੇ ਉੱਥੇ ਹੀ ਇਸ ਕੇਸ ਨੂੰ ਹੁਣ ਜਿਹੜਾ ਟੈਗ ਕਰ ਦਿੱਤਾ ਗਿਆ, ਮਰਜ ਕਰ ਦਿੱਤਾ ਗਿਆ ਜੀ, ਉਹ ਕਰ ਦਿੱਤਾ ਗਿਆ ਹੈਗਾ CWP ਜਿਹੜਾ ਹੋਇਆ ਕੇਸ ਨੰਬਰ 18-856-2024 ਦੇ ਨਾਲ। ਹੁਣ ਜਿਹੜੀ ਅਗਲੀ ਹੀਅਰਿੰਗ ਹੈ ਇਹਦੀ ਹੋਵੇਗੀ ਇਸ ਕੇਸ ਦੇ ਨਾਲ, ਔਰ ਤੁਹਾਨੂੰ ਦੱਸ ਦਈਏ ਕਿ ਇਹ ਕੇਸ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਚੱਲਦਾ ਆ ਰਿਹਾ ਹੈ ਅਤੇ ਇਸ ਦੇ ਉੱਪਰ ਜਿਹੜੀ ਡੇਟ ਹੈ ਉਹ ਦਿੱਤੀ ਹੀ ਨਹੀਂ ਜਾ ਰਹੀ। ਅਤੇ ਜਦੋਂ ਇਸ ਨੂੰ ਆਪਾਂ ਸਰਚ ਕਰਦੇ ਹਾਂ ਹਾਈ ਕੋਰਟ ਦੀ ਵੈਬਸਾਈਟ 'ਤੇ ਜਾ ਕੇ ਤਾਂ ਉੱਥੇ ਇੱਕ ਟੈਗ ਲਾਈਨ ਆ ਜਾਂਦੀ ਹੈ ਕਿ 2 ਸਾਲ ਦੇ ਅੰਦਰ ਅੰਦਰ ਇਸ ਦੀ ਡੇਟ ਹੈ ਜਿਹੜੀ ਦੇ ਦਿੱਤੀ ਜਾਵੇਗੀ। ਮਤਲਬ ਕਿ ਹੁਣ ਇਸ ਕੇਸ ਨੂੰ ਪੈਂਡਿੰਗ ਕੇਸਾਂ ਦੇ ਨਾਲ ਜੋੜ ਦਿੱਤਾ ਗਿਆ, ਔਰ ਇਸ ਦੇ ਉੱਪਰ ਆਉਣ ਵਾਲੇ ਸਮੇਂ ਦੇ ਉੱਪਰ ਜਿਹੜੀ ਸੁਣਵਾਈ ਹੈ ਬਹੁਤ ਔਖੀ ਹੋਵੇਗੀ। ਡੀਲਿਟ ਵਾਲੇ ਜਿਹੜੇ ਆ ਉਹ ਪੱਕੇ ਸਮਝ ਲਓ ਹੋ ਚੁੱਕੇ ਹੈ, ਜੇਕਰ ਅੱਗੇ ਜਾ ਕੇ ਕੋਈ ਹੋਰ ਪੰਗਾ ਖੜਾ ਨਹੀਂ ਹੁੰਦਾ। ਸੋ ਕੋਈ ਹੋਰ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਐਜੂਕੇਸ਼ਨਲ ਵੀਡੀਓਜ਼ ਆਪਣੀਆਂ ਐਪ ਦੇ ਉੱਪਰ ਆ ਰਹੀਆਂ ਨੇ, ਉੱਥੇ ਮੌਕ ਟੈਸਟ ਡੇਲੀ ਅਪਡੇਟ ਹੋ ਰਹੇ ਨੇ, ਤੁਸੀਂ ਪਰਚੇਜ਼ ਕਰ ਲੈਣਾ, ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ। ਮਿਲਦੇ ਹਾਂ ਕਿਸੇ ਹੋਰ ਨਵੀਂ ਐਜੂਕੇਸ਼ਨ ਵੀਡੀਓ ਔਰ ਐਜੂਕੇਸ਼ਨ ਜਾਣਕਾਰੀ ਦੇ ਨਾਲ। ਧੰਨਵਾਦ।